ਅਸਲਾਮ ਅਲੈਕੁਮ, ਕੀ ਹਾਲ ਨੇ ਸਾਰਿਆਂ ਦਾ? ਠੀਕ ਹੋ? ਮੇਰਾ ਨਾਂ ਟੀਪੂ ਰਾਂਝਾ ਹੈ, ਮੱਕੇ ਵਾਲ ਮੇਰੇ ਘਰ ਨੇ, ਮੰਡੀ ਬਹਾਉਦੀਨ ਮੇਰਾ ਜ਼ਿਲ੍ਹਾ, ਕਾਇਦੇ ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਤੋਂ ਮੈਂ ਐਮ ਫਿਲ ਕੀਤਾ, ਬਾਅਦ 'ਚੋਂ ਮੈਂ ਸਪੇਨ ਆ ਗਿਆ ਅਤੇ ਅੱਜ ਕੱਲ੍ਹ ਮੈਂ ਜਰਮਨੀ ਹਾਂ ਕੁਝ ਸਾਲਾਂ ਤੋਂ। ਗੱਲ ਜ਼ਰੂਰੀ ਇਹ ਕਰਨੀ ਕਿ ਬੜੀ ਮਿਹਨਤ ਨਾਲ ਅਤੇ ਬੜੀ ਕੋਸ਼ਿਸ਼ ਨਾਲ ਔਰ ਮੇਰੀ ਇਤਨੀ ਸਾਲਾਂ ਦੀ ਓਬਜ਼ਰਵੇਸ਼ਨ ਨਾਲ ਮੈਂ ਮੰਡੀ ਵਾਲਿਆਂ ਆਪਣੇ ਬੰਦਿਆਂ ਦੇ ਬਾਰੇ ਵਿੱਚ ਕੱਲ੍ਹ ਰਾਤ ਨੂੰ ਲਿਖਿਆ ਕੁਝ ਚੀਜ਼ਾਂ ਔਰ ਉਹ ਬੜੀਆਂ ਹਿੱਟ ਹੋਈਆਂ, ਲੇਕਿਨ ਮਿਡਡੇ ਤੱਕ ਤਾਂ ਮੇਰੀ ਮਤਲਬ ਫੇਸਬੁੱਕ ਦੀ ਵਾਲ ਤੋਂ ਸਾਰੇ ਲੋਕ ਸ਼ੇਅਰ ਕਰਦੇ ਰਹੇ, ਲਾਈਕ ਕਰਦੇ ਰਹੇ। ਵੱਤ ਵਿੱਚੋਂ ਮੇਰੇ ਉਹਨਾਂ ਨਾਂ ਵਿੱਚੋਂ ਕਈਆਂ ਜਣਿਆਂ ਖਤਮ ਕਰਕੇ ਅਤੇ ਉਂਝ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਨੋਟ ਲਾਇਆ ਕਿ ਇਹ ਵੀਡੀਓ ਮੇਰੀ ਮਤਲਬ ਸੋਰੀ ਇਹ ਸਾਰਾ ਰਾਈਟਿੰਗ ਮੇਰੀ ਹੈ, ਕਾਇੰਡਲੀ ਮੈਨੂੰ ਐਪਰੀਸ਼ੀਏਟ ਕਰੋ, ਮੇਰਾ ਨਾਂ ਤਾਂ ਨਾ ਹਟਾਓ। ਬਾਅਦ 'ਚ ਜ਼ਿਆਦਾ ਇਹ ਹੋ ਗਈ ਕਿ ਕੁਝ ਲੋਕ ਜਿਹੜੇ ਨੇ ਕੁਝ ਦੋਸਤ ਉਹਨਾਂ ਆਪਣੇ ਨਾਂ ਤੋਂ ਸ਼ੇਅਰ ਕਰਨਾ ਸ਼ੁਰੂ ਕਰਤਾ, ਜਿਹੜੀ ਇੰਤਹਾਈ ਜ਼ਿਆਦਾ ਹੈ ਯਾਰ। ਮੈਂ ਬੜੀ ਮਿਹਨਤ ਨਾਲ ਬੜਾ ਮਤਲਬ ਕੋਸ਼ਿਸ਼ ਨਾਲ ਲਾਈ। ਐਨੀਵੇ ਬਹੁਤ ਜ਼ਿਆਦਾ ਦੋਸਤਾਂ ਮੈਂ ਨਾ ਕਿਹਾ ਕਿ ਮਤਲਬ ਤੂੰ ਇੰਝ ਕਰ, ਇੱਕ ਵੀਡੀਓ ਹੋਰ ਬਣਾ, ਹੋਰ ਚੰਗੀਆਂ ਚੰਗੀਆਂ ਮੰਡੀ ਵਾਲਿਆਂ ਦੀਆਂ ਗੱਲਾਂ ਕਰ, ਅਤੇ ਉਹ ਤਾਂ ਫਿਰ ਕੋਈ ਚੋਰੀ ਕਰ ਨਹੀਂ ਸਕੇਗਾ, ਫਿਰ ਕੋਈ ਕਾਪੀ ਪੇਸਟ ਕਰੇਗਾ ਨਹੀਂ। ਅਤੇ ਮੈਂ ਦੱਸਦਾ ਚੱਲਾਂ ਕਿ ਉਹ ਜਿਤਨੀਆਂ ਵੀ ਮੰਡੀ ਦੀਆਂ ਗੱਲਾਂ ਹੋਈਆਂ ਨੇ ਅਤੇ ਉਹ ਜਿਤਨੇ ਵੀ ਮੇਰੇ ਪੁਆਇੰਟ ਨੇ, ਅਜੇ ਮਜ਼ੀਦ ਮੇਰੇ ਕੋਲ ਪੁਆਇੰਟ ਨੇ, ਉਹ ਸਾਰੇ ਮੈਂ ਆਪ ਲਿਖੇ ਔਰ ਮੇਰੀ ਬੜਿਆਂ ਸਾਲਾਂ ਤੋਂ ਉਹ ਓਬਜ਼ਰਵੇਸ਼ਨ ਸੀ। ਅਤੇ ਬੋਸ ਕੀ ਦਾ ਸੂਟ ਅਰਸ਼ਾਲਾ ਕੇ ਸਰਗੋਦੇ ਵਾਲੇ ਲੱਠੇ ਦਾ ਪੰਨ ਨੇ ਵੀ ਮੈਨੂੰ ਪਤਾ। ਖੈਰ ਰਾਜਮੰਦਨ ਇੱਕ ਵਾਕਿਆ ਸੁਣਾਉਂਦਾ ਵਧੀਆ ਇੰਟਰਟੇਨ ਕਰਨ ਵਾਸਤੇ, ਕਿ ਆਪਣਾ ਨਵਾਂ ਏਅਰਪੋਰਟ ਬਣਿਆ ਨਾ ਇਸਲਾਮਾਬਾਦ, ਅਤੇ ਇੱਕ ਜਵਾਨ ਇੱਥੋਂ ਬਾਹਰੋਂ ਗਿਆ ਅਤੇ ਉਸ ਪਿਛਲਿਆਂ ਨੇ ਆਖਿਆ ਵੈਂਜ ਕਰਿਆ, ਗੱਡੀ ਚੰਗੀ ਲੈ ਕੇ ਆਵਿਆ, ਮੈਂ ਅੱਗੋਂ ਰਿਸੀਵ ਕਰਾਂ। ਉਹ ਉਸਨੂੰ ਜਦੋਂ ਰਿਸੀਵ ਕਰਕੇ ਏਅਰਪੋਰਟ ਤੋਂ, ਨਾਲ ਉਹਦੇ ਕੋਈ ਦੋਸਤ ਵੀ ਆਉਣ, ਅਤੇ ਏਅਰਪੋਰਟ ਤੋਂ ਨਿਕਲਦੇ ਹੀ ਪਿਆ ਅਤੇ ਅਗਲੀ ਚੌਕੀ 'ਤੇ ਪੁਲਿਸ ਵਾਲਿਆਂ ਡੱਕ ਲਿਆ। ਉਹਨਾਂ ਆਖਿਆ ਹਾਂ ਜੀ ਗੱਡੀ ਦੇ ਕਾਗਜ਼ ਲਿਆਓ, ਇਹ ਸ਼ੈ ਨਹੀਂ ਪੂਰੀ, ਇਹ ਨਹੀਂ ਪੂਰੀ। ਉਹਨਾਂ ਜਨਾਬ ਗੱਲ ਕਿਹੜੀ ਹੈ, ਉਹਨਾਂ ਕੋਲੋਂ ਨਾ ਪੁਲਿਸ ਵਾਲਿਆਂ ਰੁਪਈਏ ਜੰਮ ਲੈ। ਗੱਡੀ ਬਹਿ ਕੇ ਨਾ ਜਵਾਨ ਬੜਾ ਕੁੜੀਤਾ, ਉਸ ਦੂਜਿਆਂ ਨੇ ਆਖਿਆ ਪਤੀ ਜਾਵੇ ਦਿਆਂ ਪੁੱਤਰਾਂ ਬਾਬਾ, ਇਹ ਕਿਹੜੀ ਗੱਲ ਹੈ, ਮਤਲਬ ਤੁਸੀਂ ਕਿਉਂ ਸਾਨੂੰ ਪੁਲਿਸ ਵਾਲਿਆਂ ਡੱਕਿਆ, ਬੇਇੱਜ਼ਤ ਕਰਾ ਛੜਿਆ। ਉਹਨਾਂ ਆਖਿਆ ਬਾ ਉਹ ਯਾਰ ਹੋ ਸਕਦਾ ਗੱਡੀ ਨਾ ਸਹੀ ਹੋਵੇ, ਲਾਹੌਰ ਦਾ ਨੰਬਰ ਆ, ਇਸਲਾਮਾਬਾਦ ਆਇਆ, ਖੁਰੇਜ਼ ਤੋਂ ਉਹਨਾਂ ਡੱਕ ਲਿਆ। ਖੈਰ ਉਹਨਾਂ ਕੁਝ ਐਕਸਕਿਊਜ਼ ਬਣਾਏ, ਉਹ ਮੰਨ ਗਿਆ। ਵਾਪਸ ਜਾਣ ਲੱਗਿਆ ਉਸ ਉਹਨਾਂ ਨੇ ਆਖਿਆ ਬਾ ਇੰਜ ਕਰਨਾ, ਹੁਣ ਮੈਂ ਪੈਸੇ ਚੰਗੇ ਗੱਲਾਂ ਦਾ, ਗੱਡੀ ਹੁਣ 0 ਮੀਟਰ ਲੈਣੀ ਹੈ ਅੱਗੋਂ GLI, ਜਿਹੜੀ ਮੈਂ ਅੱਗੇ ਆਪਣੀ ਪੋਸਟ 'ਚ ਵੀ ਮੈਨਸ਼ਨ ਕਰਦਾ, ਨਵੀਂ ਅਤੇ ਅਪਲਾਈਡ ਫਾਰ ਹੋਵੇ, ਅਤੇ ਮੁੜ ਵੇਖਦੇ ਹਾਂ ਕਿਵੇਂ ਪੁਲਿਸ ਵਾਲਾ ਡੱਕਦੇ ਨੇ। ਅਗਲੇ ਸਾਲ ਉਹ ਮੁੜ ਗਿਆ ਬਾਈ ਜੀ, ਈਦ ਕੀ ਅੱਗੋਂ ਜਵਾਨ ਜਿਹੜੇ ਲੈਣ ਆਏ ਨਾ, ਉਹ ਨਵੀਂ ਗੱਡੀ ਲੈ ਕੇ ਆਏ, GLI ਅਪਲਾਈਡ ਫਾਰ ਹਾਜ਼ਰ ਮਾਡਲ। ਉਹ ਇਸ ਲਈ ਏਅਰਪੋਰਟ ਤੋਂ ਨਿਕਲੇ ਅਤੇ ਅੱਗੇ ਹੀ ਚੌਕੀ 'ਤੇ ਉਹਦਾ ਮੁੜ ਡੱਕ ਲਿਆ, ਨਾ ਕੈਸੈਟ 'ਤੇ ਆ ਜਾਓ। ਬੜੀ ਜਾਬ ਬਣ ਗਈ, ਗੱਡੀ ਦੇ ਕਾਗਜ਼ ਕੀ ਦੇ ਫਲਾਣ ਡਿੰਗੂ ਨਾ, ਜਨਾਬ ਗੱਲ ਕਿਹੜੀ ਹੈ ਬਾ, ਉਹਨਾਂ ਪੈਸੇ ਮੁੜ ਜੰਬ ਲੈ। ਹੁਣ ਉਹ ਬੈਠਾ ਅਤੇ ਬੜਾ ਕੁੜੀਤਾ, ਉਸ ਆਖਿਆ ਬਦੀ ਚੋਦਿਆਂ ਪੁੱਤਰਾਂ ਇਹ ਕੀ ਡਰਾਮਾ ਸ਼ੁਰੂ ਕੀਤੇ ਆ। ਉਹ ਉਹਨਾਂ ਵਿੱਚੋਂ ਇੱਕ ਦੋ ਜਿਹੜੇ ਉਹ ਨਾਲ ਨਹੀਂ ਆਏ ਹੁੰਦੇ ਅੱਗੋਂ ਲੈਣ, ਜਿਹੜਾ ਨਾ ਲੈਣਾ ਨਾ ਦੇਣਾ, ਉਹ ਨਹੀਂ ਰਹੇ, ਇਸ ਤੋਂ ਆਏ ਹੁੰਦੇ ਨੇ ਮਹਾਰਾਜ ਉੱਥੋਂ ਲਾਲੇ ਮੂਸੇ ਕੋਲ ਖਲੋ ਕੇ, ਉਹ ਕੀ ਉਹ ਮੀਆਂ ਦਾ ਹੋਟਲ ਹੈ, ਉੱਥੋਂ ਦਾਲ ਰੋਟੀ ਖਵਾ ਸੀ। ਉਹ ਆਖਣ ਨਹੀਂ ਨਹੀਂ ਬਾਈ ਜੀ, ਅਸਲ ਵਿੱਚ ਨਾ ਗੱਡੀ ਦਾ ਨੰਬਰ ਕੋ ਨਾ ਲੱਗੇ ਆ ਅਤੇ ਯੇ ਵੋ, ਉਹਨਾਂ ਨੇ ਉਹ ਐਕਸਕਿਊਜ਼ ਦਿੱਤੇ ਤਾਂ ਡੱਕ ਲਈ ਨਾ। ਇੱਕ ਵਿੱਚੋਂ ਬੋਲਿਆ, ਉਸ ਆਖਿਆ ਬਾਈ ਜੀ ਹੁਣ ਅੱਲਾ ਦੀ ਕਸਮ ਲੈਂਡ ਕਰੂਜ਼ਰ ਹੋਵੇ ਨਾ ਜਾਂ ਪਰਾਡੋ, ਦੇ ਆਵੇ ਪੁਲਿਸ ਵਾਲੇ ਸਲੂਟ ਮਾਰਨ ਆਈ ਦੂਰੋਂ ਦੇ ਆ, ਇਹਨਾਂ ਦੀ ਜ਼ਰੂਰਤ ਨਹੀਂ ਹੈ, ਹੱਥ ਵੀ ਗੱਡੀ ਹੱਲ ਕਰ। ਉਸ ਆਖਿਆ ਚਲੋ ਠੀਕ ਹੈ, ਓਕੇ ਸੋਕੇ ਉਹ ਕੁਝ ਕਰਦੇ ਹਾਂ। ਉਸ ਜਨਾਬ ਉਹ ਵਾਪਸ ਜਾਣ ਲੱਗਿਆ, ਉਹਨਾਂ ਨਾਲ ਵਾਅਦਾ ਕੀਤਾ ਘਰ ਇੱਥੇ ਯੂਰਪ ਆ ਕੇ ਉਸ ਚੰਗੇ ਪੈਸੇ ਕਮਾਏ, ਪਿਛਾਂ ਗੱਲ ਉਸ ਆਖਿਆ ਹੁਣ ਮੈਂ ਜਿਸ ਤਰ੍ਹਾਂ ਲੈਣ ਆਇਆ ਉਹਨਾਂ ਮੁੜ ਲੈਂਡ ਕਰੂਜ਼ਰ 'ਤੇ ਆਵਿਆ, ਮੁੜ ਮੈਂ ਵੇਖਣਾ ਵਾ ਪੁਲਿਸ ਵਾਲੇ ਕਿਵੇਂ ਡੱਕਦੇ ਨੇ। ਖੈਰ ਗਿਆ ਬਾਈ ਜੀ, ਤੀਜੀ ਵਾਰੀ ਇਹਦੇ ਲੋਕ ਗਿਆ, ਹੁਣ ਇਦਕੀ ਅੱਗੋ ਜਵਾਨ ਲੈਣ ਕਰੂਜ਼ਰ 'ਤੇ ਲੈਣ ਆਏ ਅਤੇ ਚੰਗੇ ਲਾਸ਼ ਪਾਸ਼। ਮੋਸਟਲੀ ਅਸੀਂ ਜਾਂਦੇ ਵੀ ਸਰਦੀਆਂ ਵਿੱਚ ਹੀ ਆ, ਦਸੰਬਰ ਜਨਵਰੀ ਫਰਵਰੀ ਨਵੰਬਰ ਇਸੇ ਮਹੀਨੇ 'ਚ ਏਅਰਪੋਰਟ ਨਿਕਲਦੇ ਆ ਫੈ ਚੌਕੀ 'ਤੇ ਜਿੱਤ ਲਏ ਅਪੜੇ ਪੁਲਿਸ ਲਾ ਕੇ, ਸਾਈਡ 'ਤੇ ਆ ਜਾਓ ਗੱਡੀ ਸਾਈਡ 'ਤੇ ਲਾਓ। ਭੈਣ ਚੂਤ ਹੁਣ ਬਾਈ ਆਪ ਵੀ ਅੱਗੇ ਬੈਠਿਆ ਬੜਾ ਹੈਰਾਨ, ਪਰ ਭੈਣ ਜੀ ਵੀ 500 ਗੱਡੀ ਵੀ ਲੱਗਦੀ ਸੜਕੇ ਤੋਂ ਅਤੇ ਸਾਨੀ ਇਹ ਡੱਕਦੇ ਨਾ ਹਰ ਵਾਰੀ, ਉਹ ਇਦਕੀ ਤਾਂ ਹੈ ਵੀ ਲੈਂਡ ਕਰੂਜ਼ਰ ਅਤੇ ਪਰਾਡੋ। ਉਹ ਖੈਰ ਗੱਲ ਕਿਹੜੀ ਹੈ, ਉਸ ਇਦਕੀ ਪੁਲਿਸ ਵਾਲੇ ਨੇ ਆਖਿਆ ਬਾਈ ਜੀ ਗੱਲ ਹੈ, ਪੈਸੇ ਜ਼ਰੂਰ ਦਿਆਂਦੇ ਪਰ ਤੂੰ ਦੱਸ ਬਾਈ ਦੀਆਂ ਦਾ ਸਾਨੀ ਤੂੰ ਕਿਉਂ ਡੱਕਣਾ, ਹੋਰ ਵੀ ਇੱਥੇ 500 ਗੱਡੀ ਸਾਨੀ ਹੱਥ ਦੇਣਾ। ਪੁਲਿਸ ਵਾਲਾ ਹੱਸ ਪਿਆ, ਉਹਨਾਂ ਨੇ ਦੱਸਣੀ ਤਾਂ ਗੱਲ ਆਈ ਬਾ ਚੱਲ ਯਾਰ, ਹੁਣ ਜੇ ਤੂੰ ਬਾਲਾ ਉਹਨੇ ਦੱਸ ਛੱਡਿਆ ਗੱਲ ਹੈ, ਇਸ ਤੋਂ ਨਹੀਂ ਡੱਕਦੇ ਬਾ ਤੁਹਾਡੀ ਗੱਡੀ, ਮਤਲਬ
लैंड क्रूजर है या जी एल आई है या नंबर कड़ा, मसला ये बा गड्डी नवी होवे, सियाल होवे, दिया भी दा हीटर भी चोटी दा होवे, बा मतलब ए सी भी अगे गर्मियां चंगा चलदा उस ते मुण सर्दियां च हीटर चोटी दा हो, ते जे मुण में गड्डी वेच बह के जणियां बुखड़ा मारियां होण ना मुंह कज्जे होण थियो मंडी दे जांदे रे और ओ कदा जांदे नहीं आंदे, असीं भाई गड्डी वेख के नहीं डकदे, असीं विच वाल वड्डियां शकलां दियां अंज वे चुप्पे होंदे हो भाई में बाबा गड्डी नवी है तो तुम हीटर चलाओ चादर सैड तो दरो जने और बह के जाओ वे तुम बुकला मारी जान इस तो डक रहे हो असी संजाण लेने मंडी वाले भाई महसूस ना करे मंडी मेरी जान है तो आई लव माई पीपल थैंक यू सो मच भाई। हूँ कोई बंदा मेरी ये पोस्ट जी ना इस कापी पेस्ट कर सकता है तो ना भाई अपने ना तो हूँ शेयर कर सकता इंज तो इंज ही सही अगों मैं वीडियो ही बना सकता मेहरबानी।